ਜੀ ਪੰਜਾਬ ਹਰਿਆਣਾ ਹਿਮਾਚਲ ਦੇਖ ਰਹੇ ਹੋ ਤੁਸੀਂ ਤੇ ਸਿਆਸੀ ਲਾਰੀ ਦੇ ਵਿੱਚ ਫਿਰ ਤੋਂ ਸਵਾਗਤ ਹੈ। ਅੱਜ ਦੀ ਸਿਆਸੀ ਲਾਰੀ ਪਹੁੰਚੀ ਹੈ ਸਰਹੰਦ ਪਾਤਸੋਂ। ਸਰਹੰਦ ਪਾਤਸੋਂ ਦੇ ਲੋਕਾਂ ਦਾ ਕੀ ਸੋਚਣਾ ਹੈ, ਗੱਲਬਾਤ ਕਰਾਂਗੇ ਉਹਨਾਂ ਦੇ ਨਾਲ, ਪਰ ਸ਼ੁਰੂਆਤ ਕਰ ਲੈਂਦੇ ਹਾਂ ਇਸ ਬੱਸ ਦੇ ਪਾਇਲਟ ਤੋਂ ਕਿ ਉਹ ਇਸ ਦੇ ਬਾਰੇ ਕੀ ਸੋਚਦੇ ਨੇ। ਸਤਿ ਸ਼੍ਰੀ ਅਕਾਲ ਭਾਅ ਜੀ, ਕੀ ਨਾਮ ਹੈ ਤੁਹਾਡਾ? ਬਹਾਦਰ ਸਿੰਘ ਜੀ। ਖਾਸ ਤੌਰ 'ਤੇ ਜ਼ਿਕਰ ਕਰੀਏ ਇਲੈਕਸ਼ਨ ਆ ਗਏ ਨੇ, ਇਲੈਕਸ਼ਨਾਂ ਦੇ ਵਿੱਚ ਤੁਹਾਨੂੰ ਕੀ ਲੱਗ ਰਿਹਾ, ਲੋਕ ਕੀ ਕੀ ਚੀਜ਼ਾਂ ਦੇਖ ਕੇ ਵੋਟਾਂ ਪਾਉਣੀਆਂ ਚਾਹੀਦੀਆਂ? ਸਰ ਵੋਟਾਂ ਦਾ ਕੀ ਦੇਖਿਆ ਜੀ, ਹੁਣ ਤਾਂ ਤੁਹਾਨੂੰ ਪਤਾ ਹੀ ਆ ਵੀ ਵੋਟਾਂ ਕੋਈ ਕੰਮ ਤਾਂ ਕੋਈ ਕਰਦਾ ਨਹੀਂ। ਅੱਗੇ ਜਿਹੜਾ ਵਧਾਂਗੇ ਦੇਖਾਂਗੇ ਕਿ ਕਿਸ ਤਰੀਕੇ ਦੀ, ਜਿਹੜੇ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਪੂਰੀ ਦੀ ਪੂਰੀ ਜਿਹੜੀ ਬੱਸ ਹੈਗੀ ਉਹ ਇਸ ਵਕਤ ਜਿਹੜੀ ਭਰੀ ਹੋਈ ਹੈਗੀ, ਤਾਂ ਸਿਆਸੀ ਲਾਰੀ ਦੇ ਵਿੱਚ ਜਿਹੜੇ ਲੋਕ ਨੇ ਉਹਨਾਂ ਦੇ ਨਾਲ ਚਰਚਾ ਕਰਾਂਗੇ ਅਤੇ ਪਿੱਛੇ ਜਿਹੜੀ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਬੀਬੀਆਂ ਨੇਗੀ। ਸਤਿ ਸ਼੍ਰੀ ਅਕਾਲ ਮਾਤਾ ਜੀ, ਕੀ ਨਾਮ ਹੈ? ਪਰਵਿੰਦਰ ਕੌਰ। ਕੀ ਲੱਗ ਰਿਹਾ ਇਸ ਵਾਰ ਇਲੈਕਸ਼ਨ ਦਾ, ਕਿਹੜੇ ਮੁੱਦਿਆਂ ਨੂੰ ਲੈ ਕੇ ਵੋਟਾਂ ਨੇ, ਕਿਹੜੀਆਂ ਚੀਜ਼ਾਂ ਕੰਮ ਹੋਏ ਨੇ, ਕਿਹੜੇ ਬਾਕੀ ਨੇ? ਜੀ ਮੁੱਦਾ ਤਾਂ ਕੋਈ ਹੋਵੇ ਕੋਈ ਹੱਲ ਨਹੀਂ ਹੁੰਦਾ ਕਿਸੇ ਕੋਲ, ਮੁੱਦੇ ਤਾਂ ਰਹਿਣੇ ਹੀ ਰਹਿਣੇ ਹੈ। ਕਿਹੜੇ ਨੇ ਜਿਹੜੇ ਰਹੇ ਨੇ? ਬਸ ਜੀ, ਇੱਕ ਤਾਂ ਜਰਨਲ ਨੂੰ ਕੋਈ ਨੌਕਰੀ ਹੋਈ ਨਹੀਂ ਮਿਲਦੀ, ਚਾਹੇ ਜਿੰਨਾ ਮਰਜ਼ੀ ਪੜ੍ਹ ਲਵੇ। ਬਟਨ ਨੱਪਦਾ ਜਦੋਂ, ਬਟਨ ਨੱਪਣ ਤੋਂ ਪਹਿਲਾਂ ਕਿਹੜੀਆਂ ਚੀਜ਼ਾਂ ਧਿਆਨ 'ਚ? ਜਿਹੜੀ ਮਸ਼ੀਨਾਂ, ਫਿਰ ਤਾਂ ਮੋਦੀ ਹੋਈ ਆਉਣਾ ਜੇ ਮਸ਼ੀਨ ਨਾਲ ਵੋਟਿੰਗ ਹੋਣੀ। ਉਹ ਤਾਂ ਰੌਲਾ ਪੈ ਹੀ ਰਿਹਾ ਵੀ ਉਹਦੇ 'ਤੇ ਜਾ ਰਹੇ, ਖਬਰਾਂ ਪੜ੍ਹ ਲੈਂਦੇ ਹਾਂ ਫੋਨ ਫਾਨ 'ਚ ਵੀ ਜੇ ਮਸ਼ੀਨ ਨਾਲ ਵੋਟਿੰਗ ਹੋਈ ਤਾਂ ਮੋਦੀ ਨੇ ਹੀ ਆਉਣਾ। ਮਸ਼ੀਨ ਨਾਲ ਵੋਟਿੰਗ ਹੋਈ ਕਹਿੰਦੇ ਮੋਦੀ ਨੇ ਆਉਣਾ। ਕੀ ਨਾਮ ਹੈ ਮਾਤਾ ਜੀ? ਭਾਈ ਮਨਜੀਤ ਨਾ। ਕੀ ਕੰਮ ਕੁੰਮ ਲੱਗਦੇ, ਕਿੱਦਾਂ ਦੇ ਹੋਏ ਨੇ? ਉਹ ਭਾਈ ਕਿਹੜੇ ਕਾਹਦੇ ਕੰਮ ਨੇ, ਇਹ ਗਰੀਬਾਂ ਨੂੰ ਕਿਹੜਾ ਪੁੱਛਦਾ ਨਾਲੇ, ਹੈ ਕਿ ਨਹੀਂ? ਵੋਟਾਂ ਤਾਂ ਲੈ ਲੈਂਦੇ ਨਾ, ਵੋਟ ਤਾਂ ਲੈ ਲੈਂਦੇ ਨਾ, ਫਿਰ ਕੰਮ ਦੇ ਮਕਤ ਨੂੰ ਵਿੱਚ ਚੁੱਪ ਕਰ ਜਾਂਦੇ ਨਾ, ਹੈ ਕਿ ਨਹੀਂ? ਗਰੀਬ ਤਾਂ ਰੋਂਦਾ ਰਹਿ ਜਾਂਦਾ, ਨਾ ਕੋਈ ਕਰਨ ਜੋਗਾ ਨਾ ਖਤਮ ਜੋਗਾ। ਕੰਮ ਕਿਹੜੇ ਲੱਗਦੇ ਜਿਹੜੇ ਰੁਕੇ ਪਏ ਨੇ ਹਾਲੇ ਤੱਕ? ਉੱਥੇ ਰੁਕੇ ਤਾਂ ਸਾਰੇ ਪਏ ਨਾ ਬੱਸ ਨੇ, ਬਸ ਕਰਨ ਕੀ ਦੱਸਾਂ। ਬੱਸ ਦੇ ਵਿੱਚ ਜਦੋਂ ਕਨੈਕਟਰੀ ਦਾ ਕੰਮ ਕਰਦੇ ਹੋ, ਇੱਥੇ ਕੀ ਕੀ ਦਿੱਕਤਾਂ ਜਿਹੜੀਆਂ ਤੁਹਾਨੂੰ ਝੱਲਣੀਆਂ ਪੈ ਰਹੀਆਂ ਨੇ ਕਨੈਕਟਰ ਦੇ ਤੌਰ 'ਤੇ ਟਰਾਂਸਪੋਰਟ ਡਿਪਾਰਟਮੈਂਟ ਦੇ ਅੰਡਰ? ਮਾਲਕਾਂ ਨੂੰ ਆ ਜੋ ਫਰੀ ਕੀਤਾ ਵਾ ਵੀ ਹਾਂ ਰੋਡਵੇਜ਼ ਦੇ ਵਿੱਚ ਸਭ ਕੁਝ ਫਰੀ ਕੀਤਾ ਵਾ, ਆਧਾਰ ਕਾਰਡ ਲਾ ਕੇ ਮਾਲਕਾਂ ਤੋਂ, ਪ੍ਰਾਈਵੇਟ ਵਾਲਿਆਂ ਤੋਂ ਉਹਨਾਂ ਦਾ ਟਾਇਰ ਲੱਗਦੇ ਨੇ, ਬਹੁਤ ਔਖੇ ਟਰਾਂਸਪੋਰਟ ਤਾਂ ਖਤਮ ਕੀਤੀ ਹੋਈ ਹੈ। ਕਿਹੜੇ ਕਿਹੜੇ ਮੁੱਦਿਆਂ ਨੂੰ ਲੈ ਕੇ ਵੋਟਾਂ ਜਿਹੜੀਆਂ ਉਹ ਪਾਈਆਂ ਜਾਂਦੀਆਂ ਤੁਹਾਡੇ ਵੱਲੋਂ? ਮੁੱਦੇ ਨੂੰ ਕੀ ਹੈ ਜੀ, ਜਿਵੇਂ ਮਤਲਬ ਆਪਣਾ ਜਿਵੇਂ ਕੋਈ ਚੀਜ਼ਾਂ 'ਤੇ ਕੋਈ ਆਪਾਂ ਪਾਉਂਦੇ ਹਾਂ, ਜਿਵੇਂ ਪਿੰਡਾਂ 'ਚ ਦੇਖ ਲਓ ਅਜੇ ਤੱਕ ਨਾ ਕੋਈ ਚੰਗੀ ਗਲੀ ਬਣੀ ਨਾ ਕੋਈ ਚੰਗੀ ਸੜਕ ਬਣੀ, ਵੋਟਾਂ ਲੈ ਕੇ ਕਹਿ ਦਿੰਦੇ ਆਹ ਚੀਜ਼ ਬਣਾ ਦੇਵਾਂਗੇ ਆਹ ਚੀਜ਼ ਦੇਵਾਂਗੇ, ਅਜੇ ਤੱਕ ਕੁਛ ਨਹੀਂ ਹੋਇਆ। ਆਪਦੇ ਹਿੱਕ 'ਤੇ ਖਾ ਰਹੇ ਹਾਂ, ਆਪਦੇ ਜ਼ੋਰ 'ਤੇ ਖਾ ਰਹੇ ਹਾਂ ਕਮਾ ਕੇ, ਕੋਈ ਕਹਿ ਦਿੰਦੇ ਵੀ ਆਹ ਕਣਕ ਦੇ ਜਾਂਦੇ 6 ਮਹੀਨੇ ਬਾਅਦ ਆਉਂਦੀ ਹੈ, 6 ਮਹੀਨੇ ਬਾਅਦ ਹੁਣ ਉਹ ਕਣਕ ਦੀ ਉਮੀਦ 'ਚ ਰਹੀਏ 6 ਮਹੀਨੇ ਬਾਅਦ ਆਊਗੀ, ਇਹ ਉਮੀਦਾਂ ਥੋੜ੍ਹੀ ਚੱਲਣਗੀਆਂ। ਆਪਦੇ ਜ਼ੋਰ 'ਤੇ ਖਾ ਰਹੇ ਹਾਂ ਆਪ, ਫਿਰ ਵੀ ਜੇ ਅਸੀਂ ਆਪ ਕਮਾ ਕੇ ਖਾ ਰਹੇ ਹਾਂ ਫਿਰ ਵੀ ਸਾਡੇ 'ਤੇ ਧੱਕਾ ਹੋ ਰਿਹਾ, ਹੋਰ ਧੱਕਾ ਕਿਵੇਂ ਹੋ ਰਿਹਾ ਵੀ ਜੇ ਅਸੀਂ ਆਪ ਖਾਂਦੇ ਰਹੇ ਹਾਂ, ਕੋਈ ਹੋਰ ਲੋਕ ਦੇਖ ਕੇ ਕਹਿ ਦਿੰਦੇ ਵੀ ਯਾਰ ਇਹ ਆਪਦੀ ਕਮਾਈ ਪਤਾ ਨਹੀਂ ਕਿਵੇਂ ਖਾ ਰਿਹਾ, ਕੀ ਕਰਕੇ ਖਾ ਰਿਹਾ, ਕਿਵੇਂ ਖਾ ਰਿਹਾ, ਲੋਕ 'ਤੇ ਲੋਕ ਨੂੰ ਖਾਣ ਨੂੰ ਪੈ ਰਿਹਾ। ਥੋੜ੍ਹੇ ਦਿਨਾਂ ਨੂੰ ਪੰਜਾਬ ਦੀ ਸਾਰੀ ਦੁਨੀਆ, ਹੁਣ ਬਾਈ ਨੇ ਕਿਹਾ ਵਾ ਵੀ ਬਾਹਰਲੇ ਮੁਲਕ 'ਚ ਚਲੇਗੀ ਦੁਨੀਆ, ਉਹ ਬਾਹਰਲੇ ਮੁਲਕ 'ਚ ਭੱਜਣਗੇ ਹੋਰ ਕੀ ਕਰਨਗੇ, ਇੱਧਰ ਤਾਂ ਸਾਰਾ ਕੁਝ ਖਤਮ ਹੋ ਗਿਆ ਨਾ। ਹੁਣ ਕੰਮ ਕਿਹੜੇ ਲੱਗਦੇ ਜਿਹੜੇ ਹੋਣੇ ਚਾਹੀਦੇ ਜਿਹੜੇ ਨਹੀਂ ਹੋਏ ਹਾਲੇ ਤੱਕ? ਕੰਮ ਇਹ ਹੋਣੇ ਚਾਹੀਦੇ ਆ ਵੀ ਆਪਣੇ ਹਰੇਕ ਚੀਜ਼, ਚਲੋ ਨਸ਼ਾ ਤਾਂ ਮਾੜਾ ਮੋਟਾ ਚਲੋ ਹੋ ਬੰਦ ਹੋ ਰਿਹਾ ਹੈ ਹਰੇਕ ਚੀਜ਼, ਪਰ ਜਿਹੜੇ ਨੌਜਵਾਨ ਹੈ ਜਾਂ ਹੋਰ ਹੈ ਉਹਨਾਂ ਨੂੰ ਕੰਮ 'ਤੇ ਲਾਓ, ਦੇਖਭਾਲ ਕਰਕੇ, ਜਿਵੇਂ ਤੁਸੀਂ ਰਿਕਾਰਡਿੰਗ ਕਰ ਰਹੇ ਹੋ ਜਾਂ ਹੋਰ ਕਰ ਰਹੇ ਹੋ ਜਾਂ ਹੋਰ ਹੈ, ਉਹਨਾਂ ਨੂੰ ਵੀ ਜਿਹੜੇ ਅੱਜ ਕੱਲ੍ਹ ਦੇ ਨੌਜਵਾਨ ਜਿਵੇਂ ਮਤਲਬ ਪੀੜ੍ਹੀ ਅੱਜ ਕੱਲ੍ਹ ਸ਼ੁਰੂ ਹੋ ਰਹੀ ਹੈ ਉਹਨਾਂ ਨੂੰ ਕੰਮ 'ਤੇ ਲਾਊਗਾ, ਉਹਨਾਂ ਦਾ ਦਿਮਾਗ ਕੰਮ ਵੱਲ ਜਾਊਗਾ, ਠੀਕ ਹੈ ਜੀ? ਅਤੇ ਜੇ ਜਿਵੇਂ ਨਵੀਂ ਪੀੜ੍ਹੀ ਹੁਣ ਚਾਲੂ ਹੋ ਰਹੀ ਹੈ ਉਹਨਾਂ ਨੂੰ ਕੰਮ ਵੱਲ ਲਾਓਗੇ ਤਾਂ ਕੰਮ ਵੱਲ ਧਿਆਨ ਜਾਊਗਾ, ਕੋਈ ਨਸ਼ੇ ਵੱਲ ਨਹੀਂ, ਕੋਈ ਗੰਦੀ ਚੀਜ਼ ਵੱਲ ਨਹੀਂ, ਕੋਈ ਕੁਧਰ ਵੀ ਨਹੀਂ ਜਾਊਗਾ ਉਹਨਾਂ ਦਾ। ਜੇ ਆਪਾਂ ਐਵੇਂ ਬੈਠੇ ਰਹੇ, ਵਿਹਲੜ ਬੈਠੇ ਰਹੇ, ਹੁਣ ਮਾਂ ਪਿਓ ਦੀ ਕਮਾਈ ਤੱਕ ਕਿੰਨੇ ਚਿਰ ਬਿਟਾਂਗੇ, ਉਹ ਪਹਿਲੇ ਵਾਲੀ ਗੱਲਬਾਤ ਨਹੀਂ ਰਹਿ ਗਈ। ਜੇ ਬਾਜ਼ਾਰ 'ਚ ਆਪਾਂ ਸਮਾਨ ਖਰੀਦ ਜਾਂਦੇ ਹਾਂ ਨਾ ਅਤੇ 1,500 ਖਤਮ ਹੁੰਦਾ ਉਸੇ ਟਾਈਮ,
ਉਹ ਕਿੱਧਰੋਂ ਆਊਗਾ? ਅੱਜ ਦੀ ਪੀੜ੍ਹੀ ਤਾਂ ਨਹੀਂ ਕਮਾ ਸਕਦੀ। ਹੁਣ ਮੇਰੀ ਸਕੂਲਾਂ ਕਾਲਜਾਂ ਦਾ ਕੋਈ ਫਰਕ ਪਿਆ ਲੱਗਦਾ ਹੈਗਾ? ਹਸਪਤਾਲਾਂ ਦਾ ਕੋਈ ਫਰਕ ਪਿਆ ਲੱਗਦਾ ਕੁਛ? ਹਸਪਤਾਲਾਂ 'ਚ ਹੈਗਾ ਵਾ, ਮਾੜਾ ਮੋਟਾ ਹੈਗਾ ਵਾ, ਪਰ ਉਹ ਵੀ ਅੱਜ ਕੱਲ੍ਹ ਇੰਨੀ ਸੁਣਵਾ, ਇੰਨੀ ਉਹਦੀ ਮਤਲਬ ਹੋ ਰਹੀ ਹੈ, ਆਧਾਰ ਕਾਰਡ ਲਿਆਓ ਜੀ, ਇਹ ਲਿਆਓ ਜੀ, ਉਹ ਲਿਆਓ ਜੀ, ਬਹੁਤ ਪੰਗਾ ਕਰਕੇ ਫਿਰ ਮਾੜਾ ਮੋਟਾ ਇਹਨਾਂ ਦਾ ਇਲਾਜ ਹੁੰਦਾ, ਫਿਰ ਸਾਲ 6 ਮਹੀਨੇ ਅੱਗੇ ਤੋਰ ਦਿੰਦੇ ਆ ਵੀ ਇੰਨਾ ਇੰਨਾ ਤੁਹਾਡਾ ਚੱਲੂਗਾ, ਉਨੇ ਚਿਰ ਤਾਂ ਪਤਾ ਨਹੀਂ ਉਹ ਮਰੀ ਜਾਵੇ। ਆਹ ਕੰਮ ਹੋਏ ਪਏ ਜੀ। ਮੁਹੱਲਾ ਕਲੀਨਿਕਾਂ ਦਾ ਕੋਈ ਫਰਕ? ਹਾਂਜੀ, ਮੁਹੱਲਾ ਕਲੀਨਿਕਾਂ ਦਾ ਕੋਈ ਫਰਕ? ਮੁਹੱਲਾ ਜੀ ਉਹ ਫਰਕ ਕੀ ਹੈ ਜੀ, ਵੀ ਇਹੀ ਹੈ, ਮੈਨੂੰ ਤਾਂ ਇਹੀ ਦਿਖਿਆ ਜੀ, ਜਿਹੜੀ ਤੁਹਾਡੇ ਕੋਲ ਗੱਲ ਕਹਿਤੀ ਵੀ ਅੱਜ ਕੱਲ੍ਹ ਦੇ ਸਮੇਂ ਵਿੱਚ ਉਹ ਪਹਿਲੇ ਵਾਲਾ ਸਮਾਂ ਨਹੀਂ ਰਹਿ ਗਿਆ ਜਿਹੜੇ ਪਹਿਲਾਂ ਸੀਗਾ। ਜੇ ਉਹ ਚੱਲੂਗਾ ਤਾਂ ਹਰੇਕ ਦੇ ਦਿਲਾਂ 'ਚ ਗੱਲ ਆਊਗੀ ਵੀ ਹਾਂ ਯਾਰ ਸਾਡਾ ਸਰਕਾਰ ਹਜੇ ਤੱਕ ਚੱਲ ਰਹੀ ਹੈ। ਉਹ ਗੱਲਬਾਤ ਤਾਂ ਹੈ ਹੀ ਨਹੀਂ ਪਹਿਲਾਂ। ਹੁਣ ਦੇਖ ਲੈ ਜਿਵੇਂ ਹੁਣ ਆਪਣੇ ਕਣਕ ਬਣਦੇ ਸੀ ਜਾਂ ਹੋਰ ਸੀ, ਕਾਟਾਂ 'ਤੇ ਆਧਾਰ ਕਾਰਡ 'ਤੇ ਜਾਂ ਹੋਰ ਦਿੰਦੇ ਵੀ ਸੀਗੇ, ਅੱਜ ਕੱਲ੍ਹ ਤਾਂ ਚੁਗਮੇ ਜੇ ਦੇ ਰਹੇ ਆ ਵੀ 5 ਕਿਲੋ ਇਹਨੂੰ, 5 ਕਿਲੋ ਉਹਨੂੰ। ਹੁਣ 2 ਜੀ ਜਿਹੜੇ ਘਰ 'ਚ 2 ਜੀ ਹੋਣਗੇ ਉਹ ਕਮਾਉਣਗੇ ਨਹੀਂ, ਉਹਨਾਂ ਨੂੰ ਬਿਮਾਰੀਆਂ ਲੱਗੀਆਂ ਹੋਈਆਂ। ਅੱਜ ਕੱਲ੍ਹ ਹਰੇਕ ਬੰਦੇ ਨੂੰ ਜਿਹੜਾ ਬੱਚਾ ਤਿਆਰ ਹੋ ਰਿਹਾ ਉਹਨੂੰ ਵੀ ਬਿਮਾਰੀ ਹੋ ਰਹੀ ਹੈ, ਉਹ ਕਿੱਥੋਂ ਪੂਰੇ ਕਰਨਗੇ? ਪਹਿਲਾਂ ਉਹ ਰੋਟੀ ਖਾਵੇ ਕਿ ਕੰਮ ਕਰੇ ਕਿ ਉਹਨਾਂ ਦੀ ਦੇਖਭਾਲ ਕਰੇ? ਉਹ ਕੰਮ ਨਹੀਂ ਹੋ ਰਿਹਾ। ਕੰਮ ਕਾਫੀ ਜ਼ਿਆਦਾ ਕਹਿੰਦੇ ਨਹੀਂ ਹੋ ਰਿਹਾ, ਇਹ ਦਿੱਕਤ ਹੈ। ਇੱਧਰ ਵੀ ਬਾਬਾ ਜੀ ਬੈਠੇ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਕੀ ਆਪਣਾ? ਮੈਂ ਫਿਰੋਜ਼ਪੁਰ ਤੋਂ ਆਇਆ। ਤੁਹਾਡੇ ਇਲਾਕੇ ਦੇ ਕੀ ਹਾਲ ਚੱਲ ਰਹੇ ਹੈਗੇ ਉਹ ਦੱਸੋ ਨਾ। ਸਾਡੇ ਇਲਾਕੇ 'ਚ ਤਾਂ ਬਹੁਤ ਨਸ਼ਾ ਹੈ ਜੀ, ਫਿਰੋਜ਼ਪੁਰ ਤਾਂ ਬਹੁਤ ਜ਼ਿਆਦਾ ਗਿਰ ਗਿਆ। ਫਿਰੋਜ਼ਪੁਰ ਤੋਂ ਆਇਆ, ਬਾਰਡਰ 'ਤੇ ਆ ਜੀ, ਬਹੁਤ ਨਸ਼ਾ ਜ਼ਿਆਦਾ ਹੈ ਬਾਰਡਰ 'ਤੇ, ਨਸ਼ਾ ਬਹੁਤ ਹੈ। ਰੋਕਣ ਦੇ ਲਈ ਲੱਗਦਾ ਕਿ ਕਦਮ ਚੁੱਕੇ ਜਾ ਰਹੇ? BSF ਵਾਲੇ ਕਹਿੰਦੇ ਉੱਥੇ ਲੱਗੇ ਹੋਏ ਆ। ਕੋਈ ਨਹੀਂ, ਕੋਈ ਰੋਕ ਰਿਹਾ, ਵੱਧਦਾ ਜਾ ਰਿਹਾ, ਹੱਥਾਂ 'ਚ ਮੋਬਾਈਲ ਖੋਹ ਕੇ ਲੈ ਜਾਂਦੇ ਨਸ਼ਿਆਂ ਵਾਲੇ। ਰੋਕਣ ਲਈ ਕੀ ਹੱਲ ਹੈ ਫਿਰ? ਕੁਛ ਨਹੀਂ ਹੈਗਾ ਜੀ, ਹਾਲੇ ਪੁਲਿਸ ਨਹੀਂ ਕੁਛ ਵੀ ਕਰ ਰਹੀ, ਕੋਈ ਡਰ ਨਹੀਂ ਹੈ ਕਿਸੇ ਨੂੰ। ਹੱਲ ਕੀ ਹੈਗਾ ਨਸ਼ੇ ਨੂੰ ਰੋਕਣ ਦਾ, ਜੇ ਹੱਲ ਤੁਹਾਨੂੰ ਪੁੱਛੀਏ? ਕਿਉਂਕਿ ਤੁਸੀਂ ਲੋਕ ਫੀਮ ਡੋਡੇ ਦੀ ਖੇਤੀ ਹੋਣ ਲੱਗ ਪਵੇ, ਆਪੇ ਮਾੜੇ ਨਸ਼ਿਆਂ ਦੇ ਨਾ ਕੁਛ ਆਵੇ। ਪਰ ਉਹਦੇ ਨਾਲ ਕਹਿੰਦੇ ਵੀ ਫਿਰ ਦੂਜੇ ਪਾਸੇ ਨਾ ਚੱਲ ਪਣ, ਵੀ ਫੀਮ ਹੀ ਖਾਣ ਲੱਗ ਜਾਣ ਸਾਰੇ। ਨਹੀਂ ਨਹੀਂ, ਸਾਰੇ ਕਿਉਂ ਖਾਣ ਲੱਗ ਪੈਣੇ? ਜਦੋਂ ਕੋਈ ਚੰਗੀ ਚੀਜ਼ ਕਿਸੇ ਨੂੰ ਮਿਲੂਗੀ, ਮਾੜੀ ਚੀਜ਼ ਵਾਲੇ ਕਿਉਂ ਜਾਊਗਾ ਕੋਈ? ਕੀ ਲੱਗਦਾ ਇਸ ਵਾਰ ਵੋਟਾਂ ਦਾ ਕਿਹੜੇ ਮੁੱਦੇ ਲੱਗਦੇ ਜਿਨ੍ਹਾਂ ਨੂੰ ਲੈ ਕੇ ਵੋਟਾਂ ਦਾ ਰਾਹ? ਹੱਲ ਕਰਦੇ ਹੀ ਨਹੀਂ ਹੈ ਕੋਈ ਵੀ, ਪੰਜਾਬ ਦਾ ਵੈਸੇ ਨਾਮ ਹੀ ਨਾਮ ਹੈ, ਪੰਜਾਬ ਦਾ ਗੁਪਤ ਕੰਮ ਕਰੀ ਜਾਂਦੇ ਆ, ਸਾਡਾ ਤਾਂ ਘਰ ਵੀ ਨਹੀਂ ਬਣਨੇ ਦਿੰਦੇ। ਕਮੇਟੀ ਐਸੀ ਹੈ, ਉਹ ਪੜਦੇ ਚੱਕ ਚੱਕ ਦੇਖਦੀ ਹੈ ਕਿ ਸਾਡਾ ਬਾਥਰੂਮ ਪਾਣ ਨਹੀਂ ਦਿੱਤਾ, ਸਾਡਾ ਘਰ ਪਾਣ ਨਹੀਂ ਦਿੰਦੇ, ਕਮੇਟੀ ਆ ਕੇ ਢਾਂਦੀ ਹੈ। ਅਸੀਂ ਕਿਹਨੂੰ ਪਾ ਦਈਏ ਵੋਟਾਂ? ਅਸੀਂ ਪਹਿਲਾਂ ਝਾੜੂ ਵਾਲਾ ਜਿਤਾਇਆ, ਫਿਰ ਮੋਦੀ ਸਰਕਾਰ ਨੇ ਸਿਲੰਡਰ ਵੰਡੇ, ਸਾਨੂੰ ਸਿਲੰਡਰ ਵੀ ਨਹੀਂ, ਸਾਡਾ ਉਹ ਵੀ ਨਹੀਂ ਫਾਰਮ ਉੱਤੇ ਚੜ੍ਹਨ ਦਿੱਤਾ ਕਿ ਤੁਹਾਡਾ ਕਨੈਕਸ਼ਨ ਬਣ ਗਿਆ। ਕਿਆ ਕਰੀਏ, ਬੇਟੀ ਮੇਰੀ ਬਿਮਾਰ ਰਹਿੰਦੀ ਹੈ, ਸ਼ੂਗਰ ਦੀ ਮਰੀਜ਼ ਹੈ, ਕਿਆ ਕਰੀਏ, ਇੰਨਾ ਪੈਸਾ ਲੱਗਿਆ ਉਹਦਾ, ਉਹਦੇ 'ਤੇ ਬਹੁਤ ਬਿਮਾਰੀ 'ਤੇ ਪੈਸਾ ਲੱਗਿਆ, ਕੁਛ ਕਹਿ ਨਹੀਂ ਸਕਦੇ, ਕੁਛ ਵੀ ਸਾਨੂੰ ਤਾਂ ਨਜ਼ਰ ਨਹੀਂ ਆਉਂਦਾ। ਵੋਟ ਪਾਉਣ ਜਾ ਰਹੇ ਹੋ ਉਸ ਵਾਰ? ਪਾਵਾਂਗੇ ਜੀ। ਕੀ ਦੇਖ ਕੇ ਪਾਉਂਗੇ? ਉਹੀ ਤਾਂ ਪੁੱਛੀ ਜਾਂਦਾ ਨਾ, ਜੇ ਵੋਟ ਪਾਉਣ ਜਾਓਗੇ ਕਿਸੇ ਨੂੰ ਮਰਜ਼ੀ ਪਾਇਓ, ਦੇਖੋਗੇ ਕੀ ਕਿ ਚਲੋ ਵੋਟ ਪਾਉਣੀ ਹੈ ਇਹਨੂੰ ਪਾਉਣੀ ਹੈ? ਹਜੇ ਤੱਕ ਤਾਂ ਇਲੈਕਸ਼ਨ ਸਾਡੇ ਸ਼ੁਰੂ ਨਹੀਂ ਹੋਏ, ਜੇ ਚੁਣਾਵ ਸ਼ੁਰੂ ਹੋਊਗਾ ਤਾਂ ਫਿਰ ਦੇਖਾਂਗੇ। ਵੋਟਾਂ ਤਾਂ ਸ਼ੁਰੂ ਹੋ ਹੀ ਚੁੱਕੀਆਂ, ਉਮੀਦਵਾਰ ਆ ਗਏ, ਅਸੀਂ ਕੀਰਤਪੁਰ ਸਾਹਿਬ ਤੋਂ ਹਜੇ ਕੁਛ ਨਹੀਂ। ਕਿਹੜੀਆਂ ਚੀਜ਼ਾਂ ਦੇਖੋਗੇ? ਬੰਦਾ ਦੇਖਦੇ ਹੋ, ਪਾਰਟੀ ਦੇਖਦੇ ਹੋ, ਕੰਮ ਦੇਖਦੇ ਹੋ? ਕੰਮ ਦੇਖਦੇ ਹਾਂ ਜੀ, ਜੇ ਕੰਮ ਵਧੀਆ ਜਿਹੜਾ ਕਰੂਗਾ ਉਹਨੂੰ ਵੋਟ ਪਾ ਦੂੰਗੇ। ਕੰਮ ਕਿਹੜੇ ਕਿਹੜੇ ਲੱਗਦੇ ਜਿਹੜੇ ਹੋਣ ਵਾਲੇ, ਤੁਹਾਨੂੰ ਲੱਗਦਾ ਕਿ ਹੋਣੇ ਚਾਹੀਦੇ ਆ, ਕੰਮ ਹਾਲੇ ਤੱਕ ਬਾਕੀ ਹੈ? ਹਜੇ ਤੱਕ ਤਾਂ ਬਾਕੀ ਹੈ ਸਾਰੇ, ਜਦ ਤੱਕ ਸਾਡੇ ਘਰ ਨਾ ਪੈਣ, ਅਸੀਂ ਗਰੀਬੀ ਦਾ ਵਿੱਚ ਇੱਦਾਂ ਹੀ ਬੈਠੇ ਹਾਂ ਛੱਪਰਾਂ ਲਾ ਕੇ, ਹਜੇ ਕੁਛ ਕਹਿ ਨਹੀਂ ਸਕਦੇ। ਹਾਲੇ ਤੱਕ ਕੋਈ ਇਰਾਦਾ ਬਣਾਇਆ ਨਹੀਂ ਵੋਟਾਂ ਦਾ? ਨਹੀਂ ਬਣਾਇਆ ਹਜੇ। ਇਸ ਪਾਸੇ ਵੀ ਬੈਠੇ ਹੋਏ ਸੀ, ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਤੁਹਾਡਾ? ਕਰਮਜੀਤ। ਕਰਮਜੀਤ ਜੀ, ਕੀ ਚੀਜ਼ਾਂ ਦੇਖਦੇ ਹੋ ਜਦੋਂ ਵੋਟ ਭੁਗਤਾਉਣ ਜਾਣਾ ਹੈ? ਮੁੱਦੇ ਕਿਹੜੇ ਦੇਖਦੇ ਹੋ, ਕੰਮ ਕਿਹੜੇ ਦੇਖਦੇ ਹੋ? ਕੰਮ ਤਾਂ ਵੀਰੇ ਅੱਜ ਤੱਕ ਕੋਈ ਹੋਏ ਨਹੀਂ, ਇਸ ਕਰਕੇ ਅੱਗੇ ਤੇ ਹੁਣ ਮਤਲਬ ਵੋਟ ਪਾਉਣ ਦਾ ਤਾਂ ਕੋਈ ਚਾਂਸ ਹੈ ਨਹੀਂ ਗੇ ਸਾਡੇ, ਮੇਨਲੀ ਮੋਦੀ ਨੂੰ ਤਾਂ ਬਿਲਕੁਲ ਨਹੀਂ ਪਾਉਣੀ। ਮੇਰੇ ਤਾਂ ਵੀਰੇ ਉੱਧਰ ਹੈ, ਹਿਮਾਚਲ ਚੱਕਰ ਹੈ। ਹਿਮਾਚਲ ਦੇ ਕੀ ਹਾਲਾਤ ਨੇ ਉਹ ਦੱਸ ਦਿਓ, ਕੋਈ ਚੱਕਰ ਨਹੀਂ? ਬਹੁਤ ਵਧੀਆ,
ਹਿਮਾਚਲ ਦੇ ਵਿੱਚ ਮੇਨ ਮੁਕਾਬਲਾ ਬੀਜੇਪੀ ਵਰਸਿਸ ਕਾਂਗਰਸ ਹੈ, ਕਿਹੜੀ ਪਾਰਟੀ ਜ਼ਿਆਦਾ ਉੱਪਰ ਤੁਹਾਨੂੰ ਉਸ ਜਗ੍ਹਾ 'ਤੇ ਨਜ਼ਰ ਆ ਰਹੀ ਹੈ? ਜਾਂ ਬੀਜੇਪੀ ਆਉਣੀ ਚਾਹੀਦੀ ਹੈ, ਬੀਜੇਪੀ ਆਉਣੀ ਚਾਹੀਦੀ ਹੈ। ਬਾਕੀ ਸਟੇਟ 'ਚ, ਸਟੇਟ 'ਚ ਸਰਕਾਰ ਕਾਂਗਰਸ ਦੀ ਹੈ, ਪਰ ਉੱਥੇ ਬੀਜੇਪੀ ਮਜ਼ਬੂਤ ਕਿਉਂ ਲੱਗਦੀ ਹੈਗੀ? ਕੰਮ ਨਹੀਂ ਕੀਤੇ ਉੱਥੇ ਸੁੱਖੂ ਨੇ? ਨਹੀਂ ਜੀ, ਸੁੱਖੂ ਵੀ ਕਰ ਰਹੇ ਆ ਕੰਮ, ਬਹੁਤ ਵਧੀਆ ਕਰ ਰਹੇ ਆ, ਅਸੀਂ ਕੋਈ ਗੱਲ ਨਹੀਂ, ਵਧੀਆ ਠੀਕ ਕੰਮ ਕਰ ਰਹੇ। ਦਿੱਕਤ ਫਿਰ ਕਿੱਥੇ ਲੱਗ ਰਹੀ ਹੈ? ਨਹੀਂ, ਡਿੱਗ 'ਤੇ ਤਾਂ ਕੁਛ ਨਹੀਂ ਹੈ, ਡਿੱਗ 'ਤੇ ਤਾਂ ਐਵੇਂ ਜਦ ਤੱਕ ਸਾਡੀ ਵੋਟ, ਜੇ ਤਾਂ ਅਨੁਰਾਗ ਠਾਕੁਰ ਵੀ ਹੈ ਉਹ ਵੀ ਖੜ੍ਹਦੇ, ਉਹਨਾਂ ਨੂੰ ਜਾਣੀ ਚਾਹੀਦੀ ਫਿਰ ਸੈਂਟਰ 'ਚ ਕੰਮ ਹੋਣਾ ਚਾਹੀਦਾ। ਕਿਹੋ ਜਿਹੇ ਕੰਮ ਹੈ ਜਿਹੜੇ ਤੁਹਾਨੂੰ ਲੱਗਦਾ ਕਿ ਤੁਹਾਡੇ ਏਰੀਏ 'ਚ ਹੋਣ ਵਾਲੇ ਰਹਿੰਦੇ ਹਾਲੇ ਤੱਕ? ਨਹੀਂ ਜੀ, ਹੁੰਦੇ ਕੰਮ ਸਾਰੇ ਹੋ ਰਹੇ, ਵਧੀਆ ਹੋ ਰਹੇ, ਠੀਕ ਹੈ, ਕੋਈ ਡਿੱਗਤ ਨਹੀਂ ਹੈ, ਠੀਕ ਕੰਮ ਹੋ ਰਹੇ। ਸਰਕਾਰ ਤੋਂ ਕੋਈ ਵੀ ਆ ਜਾਏ ਤਾਂ ਕੰਮ ਤਾਂ ਕਰਨੇ ਪੈਣੇ। ਮੇਰਾ ਨਾਮ ਕਾਲਾ ਜੀ। ਵੋਟਾਂ ਪਾ ਕੇ ਆਉਣੇ ਹੋ ਕਾਲਾ ਜੀ? ਹਾਂਜੀ। ਕਿਉਂ ਪਾ ਕੇ ਆਉਣੇ ਹੁੰਦੇ ਹੋ? ਵੋਟ ਬਣੀ ਵੀ ਤਾਂ ਪਾਉਣੀ ਪੈਣੀ ਜੀ, ਕਿਸੇ ਵੋਟ ਰੱਖਣੀ ਬੜਾ ਗੁਨਾਹ ਹੈ, ਬੜਾ ਪਾਪ ਹੈ। ਕਿਉਂ? ਵੋਟ ਜਦ ਵੋਟ ਬਣੀ ਵੀ ਹੈ ਤਾਂ ਪਾ ਦਿਓ। ਵੋਟਾਂ ਦਾ ਮਾਹੌਲ ਹੈ, ਕਿਹੜੇ ਮੁੱਦੇ ਲੱਗ ਰਹੇ ਆ ਜਿਹੜੇ ਇੱਕ ਕਹਿ ਲਈਏ ਕਿ ਘਰੇਲੂ ਔਰਤ ਦੇ ਤੌਰ 'ਤੇ, ਇੱਕ ਔਰਤ ਦੇ ਤੌਰ 'ਤੇ ਤੁਸੀਂ ਦੇਖ ਰਹੇ ਹੋ? ਦੇਖੋ, ਮੁੱਦੇ ਦਾ ਕੋਈ ਵੀ ਉਹ ਕੋਈ ਪੂਰੇ ਹੁੰਦਾ ਹੀ ਨਹੀਂ, ਪੜ੍ਹਾਈ ਨੂੰ ਲੈ ਕੇ, ਨੌਕਰੀ ਨੂੰ ਲੈ ਕੇ, ਤੁਸੀਂ ਵੀ ਸਮਝਦਾਰ ਹੋ, ਤੁਹਾਨੂੰ ਪਤਾ ਕੋਈ ਮੁੱਦਾ ਪੂਰਾ ਹੁੰਦਾ? ਸਿਰਫ ਐਵੇਂ ਹੀ ਵੋਟਾਂ 'ਚ 5 ਸਾਲ ਐਵੇਂ ਹੀ ਨੰਘਾ ਦਿੰਦੇ ਨੇ। ਮੈਂ ਐਜ਼ ਏ ਹਾਊਸ ਵਾਈਫ, ਬਸ ਮੇਰਾ ਤਾਂ ਇਹ ਕੰਮ ਹੈ ਬੱਚੇ ਤਿਆਰ ਕਰਕੇ ਸਕੂਲ ਭੇਜਣੇ, ਹਸਬੈਂਡ ਦੀ ਰੋਟੀ ਪਾਣੀ ਕਰਨੀ, ਬਸ ਆਈ ਹੈ। ਹੋਰ ਸਾਰੀ ਚੀਜ਼ਾਂ ਦਾ ਤੁਹਾਨੂੰ ਪਤਾ ਹੀ ਹੈ, ਸਿਰ ਆਸਮਾਨ 'ਤੇ ਚੜ੍ਹਿਆ ਪਿਆ ਰੇਟ ਸਾਰੀ ਚੀਜ਼ਾਂ ਦਾ। ਮੁੱਦੇ ਦਾ ਕੋਈ ਵੀ ਨਹੀਂ ਹੈ, ਕੋਈ ਪੂਰਾ ਨਹੀਂ ਹੁੰਦਾ, ਕੋਈ ਫਾਇਦਾ ਨਹੀਂ ਗੱਲ ਕਰਨ ਦਾ। ਔਰ ਰਹੀ ਵੋਟ ਦੀ ਗੱਲ, ਮੇਰਾ ਤਾਂ ਸਲਾਹ ਵੀ ਨਹੀਂ ਇਸ ਵਾਰ ਮੈਂ ਪਾਊਂਗੀ। ਆਸ ਪਾਸ ਦੇ ਲੋਕਾਂ ਨਾਲ ਗੱਲਬਾਤ ਹੁੰਦੀ ਹੋਊਗੀ, ਘਰ ਦੇ ਗਵਾਂਢੀਆਂ ਨਾਲ, ਉਹਨਾਂ ਨੇ ਕੀ ਰਿਸਪੌਂਸ ਹੈ ਬਿਜਲੀ ਦੇ ਬਿੱਲਾਂ ਨੂੰ ਲੈ ਕੇ? ਕਈਆਂ ਦੇ ਫ੍ਰੀ ਨੇ, ਯਾਨੀ ਸਾਡਾ ਫ੍ਰੀ ਨਹੀਂ ਹੈ, ਇੱਕ ਹੁੰਦੇ ਨਹੀਂ ਕਿ ਬਿੱਲ ਨਹੀਂ ਆਉਂਦੇ, ਸਾਡਾ ਤਾਂ ਬਿੱਲ ਆਉਂਦਾ, ਸਾਡੇ ਗਵਾਂਢੀਆਂ ਦਾ ਬਿੱਲ ਨਹੀਂ ਆਉਂਦਾ, ਯਾਨੀ ਉਹਨਾਂ ਦਾ ਆ ਜਾਂਦਾ ਕਦੀ 100-150। ਹੁਣ ਸਾਡਾ ਬਿੱਲ ਆਉਂਦਾ, ਉਹ ਕਹਿ ਦਿੰਦੇ ਨੇ ਮੁਲਾਜ਼ਮ ਨੇ, ਉਹ ਫ੍ਰੀ ਬਿੱਲ ਇਸ ਲਈ ਹੈ ਕਿਉਂਕਿ ਉਹ ਮਜ਼ਦੂਰ ਨੇ, ਬਸ ਆਹੀ ਫਰਕ ਲੱਗਦਾ ਮੈਨੂੰ ਤਾਂ, ਹੋਰ ਕੋਈ ਮੈਨੂੰ ਕੋਈ ਫਰਕ ਨਹੀਂ ਲੱਗਦਾ। ਮੁਲਾਜ਼ਮਾਂ ਨੂੰ ਕਣਕ ਨਹੀਂ ਮਿਲਦੀ, ਮਜ਼ਦੂਰਾਂ ਨੂੰ ਕਣਕ ਮਿਲਦੀ ਹੈ, ਜਦਕਿ ਮੁਲਾਜ਼ਮ ਵੀ ਉਨਾ ਹੀ ਮਿਹਨਤ ਕਰਦੇ ਨੇ ਜਿੰਨੀ ਮਜ਼ਦੂਰ ਕਰਦੇ ਨੇ, ਪਰ ਸਾਨੂੰ ਤਾਂ ਕੋਈ ਫਾਇਦਾ ਨਹੀਂ ਹੈ। ਇੱਕ ਨੌਜਵਾਨ ਕੀ ਸੋਚ ਰਿਹਾ ਹੈਗਾ ਇਲੈਕਸ਼ਨ ਜਦੋਂ ਦੇਸ਼ ਦਾ ਆਉਂਦਾ, ਦੇਸ਼ ਦਾ ਪ੍ਰਧਾਨ ਮੰਤਰੀ ਚੁਣਨ ਦੇ ਲਈ, ਸਟੂਡੈਂਟ ਵੀ ਤੁਹਾਡੀ ਕੰਪਲੀਟ ਹੋ ਚੁੱਕਿਆ ਲਗਭਗ, ਕੀ ਸੋਚ ਰਹੇ ਹੋ ਹੁਣ ਅੱਜ ਅੱਗੇ ਦਾ? ਬਸ ਜੀ, ਅੱਗੇ ਦਾ ਜੋਬ ਬਾਰੇ ਸੋਚ ਰਹੇ ਹਾਂ ਜੀ, ਜੋਬ ਮਿਲਦੀਆਂ ਨਹੀਂ ਪਈਆਂ ਜੀ। ਹਾਂਜੀ, ਨੌਕਰੀ ਬਾਰੇ ਜੀ, ਬੇਰੁਜ਼ਗਾਰੀ ਬਹੁਤ ਹੈ ਜੀ, ਇੱਕ ਨਸ਼ੇ ਨੇ ਬਹੁਤ ਸਤਾਇਆ ਪਿਆ ਜੀ, ਨਸ਼ੇ ਨੇ ਜੀ। ਕਿਹੜੇ ਮੁੱਦੇ ਆ ਜਿਹੜੇ ਨੌਜਵਾਨਾਂ ਨੂੰ ਨਜ਼ਰ ਆਉਂਦੇ ਆ ਕਿ ਅਸੀਂ ਆਹ ਚੀਜ਼ਾਂ ਦੇਖ ਕੇ ਵੋਟ ਪਾ ਰਹੇ ਹਾਂ? ਪਹਿਲੀ ਵਾਰ ਵੋਟ ਪਾਉਣ ਜਾ ਰਹੇ ਹੋ ਜਾਂ ਪਹਿਲਾਂ ਹੀ ਪਾਈ ਹੈ? ਨਹੀਂ ਜੀ, ਪਹਿਲਾਂ ਪਾਈ ਹੋਈ, ਪਹਿਲਾਂ ਤਾਂ ਜੀ ਜਿਵੇਂ ਹੁਣ ਆਪਣੇ ਪਿੰਡਾਂ ਦੇ ਕੰਮ ਜੀ, ਸਾਡੇ ਪਿੰਡ 'ਚ ਤਾਂ ਸਾਰੇ ਕੰਮ ਹੋਏ ਨੇ ਜੀ। ਹਾਂਜੀ, ਕੰਮ ਵੇਖ ਕੇ ਵੋਟ ਪਾਉਂਦੇ ਜੀ ਅਸੀਂ ਤਾਂ। ਇਸ ਵਾਰ ਕੀ ਲੱਗ ਰਿਹਾ ਪੋਲੀਟੀਕਲ ਸਬਜੈਕਟ ਕਿਹੜੇ ਕਿਹੜੇ ਸੀਗੇ ਬੀਏ 'ਚ? ਬੀਏ 'ਚ ਆਰਟਸ 'ਚ ਸੀ। ਆਰਟਸ 'ਚ ਕਿਹੜੇ ਸਬਜੈਕਟ ਹੈ? ਆਰਟਸ ਜੀ ਇਲੈਕਟਿਵ, ਕੰਪਲਸਰੀ ਪੰਜਾਬੀ, ਇੰਗਲਿਸ਼, ਜਿਵੇਂ ਕਿ ਜਨਰਲ ਨੌਲੇਜ ਵਗੈਰਾ ਸਾਰਾ ਕੁਛ। ਕੀ ਲੱਗਿਆ ਜਨਰਲ ਨੌਲੇਜ ਤੋਂ, ਕਿੰਨੀ ਕੁ ਜਨਰਲ ਨੌਲੇਜ ਇਕੱਠੀ ਕੀਤੀ ਕਿ ਕੰਮ ਧੰਦੇ ਆਹ ਹੋਏ ਆ? ਕਿਹੜੇ MP ਨੇ ਵਧੀਆ ਕੰਮ ਕੀਤਾ? ਆਪਣੇ ਜੀ ਇੱਧਰ ਸਾਡੇ ਫਤਿਹਗੜ੍ਹ ਜ਼ਿਲ੍ਹੇ 'ਚ ਨਾਗਰਾ ਸਾਹਿਬ ਨੇ ਬਹੁਤ ਵਧੀਆ ਕੰਮ ਕਰੇ ਨੇ ਜੀ, ਫਤਿਹਗੜ੍ਹ ਜ਼ਿਲ੍ਹੇ 'ਚ ਜੀ, ਸਾਡੇ ਪਿੰਡ 'ਚ ਵੀ ਉਹਨਾਂ ਨੇ ਕਾਫੀ ਕੰਮ ਕਰੇ ਨੇ ਜੀ, ਰਾਏ ਸਾਹਿਬ ਵੀ ਵਧੀਆ ਕਰ ਰਹੇ ਨੇ। ਦੋਨੋਂ ਹੀ ਵਧੀਆ ਕਰ ਰਹੇ ਨੇ ਤਾਂ ਫਿਰ ਵੋਟ ਇੱਕ ਨੂੰ ਪਾਉਣੀ ਪੈਣੀ ਆ, ਦੋਨਾਂ 'ਚ ਕਿਹਨੂੰ ਪਾਏ? ਜਿਵੇਂ ਪਹਿਲਾਂ ਨਾਗਰਾ ਸਾਹਿਬ ਸੀ ਜੀ, ਉਹਨਾਂ ਨੇ ਸਾਡੇ ਪਿੰਡ 'ਚ ਬਹੁਤ ਕੰਮ ਕਰੇ ਨੇ ਜੀ, ਹੁਣ ਰਾਏ ਸਾਹਿਬ ਵੀ ਵਧੀਆ ਨੇ ਜੀ, ਚਲੋ ਦੇਖਦੇ ਆ ਉਹਨਾਂ ਦੇ ਕੰਮ ਅੱਗੇ। ਪਰ ਹੁਣ ਵੋਟ ਤਾਂ ਇੱਕ ਆ ਤੁਹਾਡੇ ਕੋਲੇ, ਉਮੀਦਵਾਰ ਦੋ ਹੋ ਗਏ, ਇੱਕ ਕਾਂਗਰਸ ਦਾ, ਇੱਕ ਆਮ ਆਦਮੀ ਪਾਰਟੀ ਦਾ, ਕਿਉਂਕਿ ਨਾਗਰਾ ਸਾਹਿਬ ਚਲੋ ਇਲੈਕਸ਼ਨ ਨਹੀਂ ਲੜ ਰਹੇ ਪਰ ਉਹਨਾਂ ਦੀ ਪਾਰਟੀ ਦੇ ਅਮਰ ਸਿੰਘ ਇਲੈਕਸ਼ਨ ਲੜ ਰਹੇ ਹੈ, ਰਾਏ ਸਾਹਿਬ ਦੀ ਪਾਰਟੀ ਤੋਂ GPG ਇਲੈਕਸ਼ਨ ਲੜ ਰਹੇ ਹੈ, ਵੋਟ ਤੁਹਾਡੇ ਕੋਲ ਇੱਕ ਹੈ, ਉਮੀਦਵਾਰ ਦੋ ਹੈ,
ਹਾਲਾਂਕਿ ਦੂਜੀਆਂ ਪਾਰਟੀਆਂ ਵੀ, ਪਰ ਤੁਸੀਂ ਦੋ ਵਧੀਆ ਕਿਹਾ, ਮੈਂ ਇਸ ਕਰਕੇ ਦੋ ਆਪਸ਼ਨ ਦੇ ਰਿਹਾ, ਦੋਨਾਂ 'ਚ ਫਿਰ ਬੈਟਰ ਕਿਹੜਾ, ਕਿਵੇਂ ਚੁਣੋਗੇ? ਬੈਟਰ ਜੀ ਫਿਰ ਉਹਨਾਂ ਦੇ ਕੰਮ ਵੇਖੇ ਜਾਣਗੇ ਜੀ, ਉਹਨਾਂ ਦੇ ਕੰਮਾਂ ਦੇ ਹਿਸਾਬ ਨਾਲ ਹੀ ਵੋਟ ਮਿਲੂਗੀ। ਕਿਹੜੇ ਕਿਹੜੇ ਕੰਮ ਲੱਗਦਾ ਕਿ ਆਹ ਆਹ ਕੰਮ ਮੈਂ ਦੇਖਾਂਗੀ? ਕੰਮ ਜੀ ਜਿੱਦਾਂ ਕਿ ਹੁਣ ਜਿਵੇਂ ਸਾਡੇ ਤਾਂ ਜੀ ਹੁਣ ਪਾਣੀ ਪਹਿਲਾਂ ਆਉਂਦਾ ਨਹੀਂ ਸੀ ਸਰਕਾਰੀ ਟੈਂਕੀ ਦਾ ਜੀ, ਹੁਣ ਆਉਣ ਲੱਗੇ ਜੀ। ਹਾਂਜੀ, ਹੋਰ ਕਿਹੜੀਆਂ ਕਿਹੜੀਆਂ ਚੀਜ਼ਾਂ ਜਿਹਨਾਂ ਦਾ ਕੋਈ ਫਰਕ ਲੱਗ ਰਿਹਾ ਪਹਿਲਾਂ ਦੇ ਨਾਲੋਂ? ਆਮ ਆਦਮੀ ਪਾਰਟੀ ਇਹਦੇ ਵੱਲੋਂ ਆਮ ਆਦਮੀ ਕਲੀਨਿਕ ਦਾ ਜ਼ਿਕਰ ਕੀਤਾ ਗਿਆ, ਸਕੂਲ ਆਫ ਐਮਐਨਐਸ ਦਾ ਜ਼ਿਕਰ ਕੀਤਾ, 300 ਯੂਨਿਟ ਫਰੀ ਬਿਜਲੀ ਦਾ, 40,000 ਨੌਕਰੀਆਂ ਦਾ, ਲੱਗਦਾ ਕਿ ਕੋਈ ਫਰਕ ਤੁਹਾਡੇ ਪਿੰਡਾਂ 'ਚ ਵੀ ਪਿਆ ਇਹ ਚੀਜ਼ਾਂ ਦੇ ਨਾਲ? ਹਾਂਜੀ ਹਾਂਜੀ, ਸਾਡੇ ਮਤਲਬ ਕਿ ਬਿਜਲੀ ਫਰੀ ਹੈ ਜੀ, ਬਿੱਲ ਨਹੀਂ ਆਉਂਦੇ ਜੀ। ਹਾਂਜੀ, ਫਰਕ ਤਾਂ ਪਿਆ ਜੀ। ਕਿੰਨੇ ਕੁ ਘਰਾਂ 'ਚ ਫਰੀ ਬਿਜਲੀ ਦੇ ਬਿੱਲ ਆ ਰਹੇ ਆ ਤੁਹਾਡੇ ਆਸ ਪਾਸ ਜਾਂ ਤੁਹਾਡੇ ਘਰ 'ਚ? ਸਾਡੇ ਜੀ ਜਿਵੇਂ ਕਿ ਜਿੰਨਾ ਕੁ ਮੈਨੂੰ ਅੰਦਾਜ਼ਾ ਹੋਊਗਾ, 10.5 ਹੋਣਗੇ ਜੀ। ਡੇਰਿਆਂ 'ਚ ਹੀ ਰਹਿੰਦੇ ਜੀ ਪਿੰਡ 'ਚ, 10.5 ਘਰਾਂ ਦਾ ਬਿੱਲ ਨਹੀਂ ਆਉਂਦਾ ਜੀ। ਡੇਰੇ 'ਚ 10 ਘਰ ਹੈ ਵਗੈਰਾ ਲੱਗੇ ਹੋਣਗੇ, ਉਹਨਾਂ ਦੇ ਸ਼ਾਇਦ ਆਉਂਦੇ ਹੋਣਗੇ ਜੀ, ਬਾਕੀ ਨਹੀਂ ਆਉਂਦੇ। ਹਾਂਜੀ, ਡੇਰੇ ਜਿਨ੍ਹਾਂ ਨੂੰ ਆਪਾਂ ਕਹਿ ਦਈਏ ਕਿ ਢਾਣੀਆਂ ਵੀ ਕਹਿ ਦਿੱਤਾ ਜਾਂਦਾ ਆਮ ਭਾਸ਼ਾ ਦੇ ਵਿੱਚ, ਖੇਤਾਂ ਦੇ ਵਿੱਚ ਘਰ ਹੈ ਜਿਹੜੇ, ਉਹਨਾਂ ਨੂੰ ਡੇਰਾ ਸ਼ਬਦ ਜਿਹੜਾ ਵਰਤਿਆ ਜਾਂਦਾ। ਪਿੱਛੇ ਬੈਠੇ ਹੋਏ ਨੇ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਤੁਹਾਡੇ? ਨਾਮ ਕੀ ਹੈ, ਨਾਮ ਤਾਂ ਦੱਸ ਦਿਓ। ਮਨਦੀਪ ਭਾਰਾ। ਮਨਦੀਪ ਜੀ, ਕਿੰਨਾ ਪੜ੍ਹੇ ਲਿਖੇ ਹੋ, ਕੀ ਕਰ ਰਹੇ ਹੋ ਅੱਜ ਕੱਲ੍ਹ? ਗ੍ਰੈਜੂਏਸ਼ਨ ਕਰੀ ਹੈ ਜੀ, ਮੈਰਿਜ ਹੋ ਗਈ। ਮੈਰਿਜ ਹੋ ਚੁੱਕੀ ਹੈ। ਇੱਕ ਘਰਵਾਲੀ ਦੇ ਤੌਰ 'ਤੇ ਘਰ ਤੁਸੀਂ ਸੰਭਾਲਣਾ ਹੁੰਦਾ, ਘਰ ਦਾ ਚੁੱਲ੍ਹਾ ਚੌਂਕਾ ਸੰਭਾਲਣਾ ਹੁੰਦਾ, ਕੀ ਲੱਗ ਰਿਹਾ ਸਰਕਾਰ ਦਾ ਕਿ ਕਿਹੜੇ ਮੁੱਦੇ ਹੋਣ ਜਿਨ੍ਹਾਂ ਦੇ ਨਾਲ ਸਾਡੇ ਮਾਮਲੇ ਹੱਲ ਹੋ ਜਾਣ, ਤੁਹਾਡੇ ਘਰਾਂ ਦੇ ਮਾਮਲੇ ਹੱਲ ਹੋ ਜਾਣ? ਸਰ, ਸਰਕਾਰ ਤਾਂ ਹਰੇਕ ਨਵੇਂ ਮੁੱਦੇ ਲੈ ਕੇ ਆਉਂਦੀ ਆਈ, ਅਤੇ ਆਪਣੇ ਜਿਹੜੀ ਆਪਣੀ ਕੀ ਕਹਿੰਦੇ ਹੁੰਦੇ ਆ ਸਰ, ਆਹ ਰੱਖਦੀ ਆਈ, ਆਡੀਅੰਸ ਹੁੰਦੀ ਆ ਉਹ ਰੱਖਦੀ ਆ, ਪਰ ਸਰਕਾਰ ਕਦੇ ਵੀ ਪੂਰੀ ਨਹੀਂ ਉਤਰੀ ਹੈਗੀ ਇਹ ਚੀਜ਼ਾਂ 'ਤੇ ਜੀ। ਮੰਨ ਲਓ ਹੁਣ ਸਿਲੰਡਰ ਫਰੀ ਕਰਤੇ, ਬਿਜਲੀ ਫਰੀ ਕਰਤੀ, ਕਾਫੀ ਚੀਜ਼ਾਂ ਹੁੰਦੀਆਂ ਜਿਹੜੀਆਂ ਫਰੀ ਕਰਤੀਆਂ, ਪਰ ਜਿਵੇਂ ਹੁਣ ਕਾਫੀ ਪੜ੍ਹੇ ਲਿਖੇ ਨੇ, ਉਹਨਾਂ ਨੂੰ ਜੋਬ ਨਹੀਂ ਮਿਲ ਰਹੀ ਹੈਗੀ, ਇਹਦੇ ਕਰਕੇ ਉਹ ਬਾਹਰ ਜਾ ਰਹੇ ਨੇ, ਇਹ ਬਹੁਤ ਜ਼ਿਆਦਾ ਸਮੱਸਿਆ ਆ ਰਹੀ ਆ ਜੀ। ਰੋਕਣ ਲਈ ਕੀ ਕਰਨਾ ਚਾਹੀਦਾ ਜਿਹੜੇ ਬਾਹਰ ਜਾ ਰਹੇ ਨੇ? ਆਇਆ ਸਰ ਵੀ ਇੱਧਰ ਵੀ ਜੋਬ ਵਗੈਰਾ ਦੇਣੀਆਂ ਚਾਹੀਦੀਆਂ, ਚਾਹੇ ਪ੍ਰਾਈਵੇਟ ਹੋਣ ਚਾਹੇ ਗਵਰਨਮੈਂਟ ਜੋਬ ਵਗੈਰਾ ਹੋਣੀ, ਵੀ ਇੱਧਰ ਹੀ ਪ੍ਰੋਵਾਈਡ ਕਰਨੀਆਂ ਚਾਹੀਦੀਆਂ ਨੇ ਜੀ। ਹੋਰ ਕੀ ਲੱਗਦਾ, ਮਹਿੰਗਾਈ ਦਾ ਜ਼ਿਕਰ ਕੀਤਾ ਗਿਆ, 2014 'ਚ ਨਾਰਾ ਸੀ ਬਹੁਤ ਹੀ ਮਹਿੰਗਾਈ ਕੀ ਮਾਰ, ਅਬ ਕੀ ਵਾਰ ਮੋਦੀ ਸਰਕਾਰ, ਲੱਗਦਾ ਕੋਈ ਫਰਕ ਪਿਆ? ਨਹੀਂ, ਮਹਿੰਗਾਈ ਦਾ ਬਹੁਤ ਜ਼ਿਆਦਾ ਜੀ ਇਸ ਵਾਰ ਨਹੀਂ ਮੋਦੀ ਸਰਕਾਰ ਆਉਂਦੀ। ਕੇਂਦਰ 'ਚ ਕੀ ਲੱਗਦਾ, ਪੰਜਾਬ ਦੇ ਤਾਂ ਚਲੋ ਹਾਲਾਤ ਅਲੱਗ ਨੇ। ਹਾਂਜੀ, ਦੇਖੋ ਜੀ, ਬਾਕੀ ਲੋਕਾਂ 'ਤੇ ਡਿਪੈਂਡ ਆ, ਜਿਵੇਂ ਵੀ ਸਰਕਾਰ ਕੁਛ ਦਿੰਦੀ ਹੈ ਜੀ, ਲੋਕ ਉੱਧਰ ਨੂੰ ਹੋ ਜਾਂਦੇ ਨੇ, ਆਪਣੇ ਹਿੱਤ ਤਾਂ ਸੋਚਦੇ ਨਹੀਂ ਹੈਗੇ ਇਹ। ਤੁਸੀਂ ਕਿਵੇਂ ਦੇਖਦੇ ਹੋ ਜੀ, ਵੋਟਾਂ ਬਹੁਤ ਵਾਰੀ ਜ਼ਿੰਦਗੀ 'ਚ ਪਾਈਆਂ ਹੋਣਗੀਆਂ, ਵੋਟਾਂ ਪਾ ਕੇ ਆਉਣਾ ਕਿ ਨਹੀਂ ਪਾ ਕੇ ਆਉਂਦੇ? ਵੋਟ ਹਰੇਕ ਵਾਰ ਪਾਉਂਦੇ ਹਾਂ। ਕਿਉਂ ਪਾ ਕੇ ਆਉਣੇ ਪਹਿਲਾਂ ਉਹ ਦੱਸੋ ਫਿਰ, ਜੇ ਤੁਹਾਨੂੰ ਲੱਗਦਾ ਕੋਈ ਹੱਲ ਕੋਈ ਕੰਮ ਕਰਨਗੇ ਕਰਦੇ ਤਾਂ, ਪਰ ਕੋਈ ਨਹੀਂ ਹੈਗੇ। ਵੋਟਾਂ ਸਮੇਂ ਹੋਰ ਲੈਣ ਸਮੇਂ ਹੋਰ ਹੁੰਦੀਆਂ ਜੀ, ਜਦ ਵੋਟਾਂ ਪੈ ਜਾਂਦੀਆਂ ਨੇ ਫਿਰ ਕੁਛ ਹੋਰ ਹੋ ਜਾਂਦੇ। ਸਰਹੰਦ ਤੋਂ ਜਿਹੜੀ ਭਾਦਸੋ ਵੱਲ ਨੂੰ ਬੱਸ ਜਾਂਦੀ ਹੈ, ਉਸ ਦੇ ਵਿੱਚ ਸਫ਼ਰ ਕੀਤਾ, ਜਿਹੜੇ ਲੋਕ ਸੀ ਉਹਨਾਂ ਦੇ ਨਾਲ ਗੱਲਬਾਤ ਕੀਤੀ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਇਹ ਲੋਕ ਨੇ, ਲੋਕ ਕੀ ਸੋਚਦੇ ਨੇ, ਉਹਨਾਂ ਦਾ ਸੰਸਦ ਕਿਹੋ ਜਿਹਾ ਹੋਵੇ, ਲੋਕਾਂ ਨੂੰ ਵੋਟਾਂ ਕਿਸ ਨੂੰ ਪਾਉਣੀਆਂ ਚਾਹੀਦੀਆਂ, ਔਰ ਕਿਹੜੇ ਮੁੱਦਿਆਂ ਨੂੰ ਲੈ ਕੇ ਵੋਟਿੰਗ ਹੈ ਜਿਹੜੀ ਉਹ ਕਰਨੀ ਚਾਹੀਦੀ ਹੈ। ਕੈਮਰਾਮੈਨ ਗੁਰਜੰਟ ਦੇ ਨਾਲ ਰੋਹਿਤ ਪੱਕਾ, ਜ਼ੀ ਮੀਡੀਆ, ਸ਼੍ਰੀ ਫਤਿਹਗੜ੍ਹ ਸਾਹਿਬ।